सब्सक्राइब करें नेशनल बस और साथ ही दबाएं बेल आइकन। सारे दर्शकों का बहुत बहुत स्वागत है। ਸਾਡੇ ਨਾਲ ਸੰਦੀਪ ਜੀ ਨੇ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਤੋਂ ਔਰ ਮੈਂ ਥੋੜ੍ਹਾ ਜਿਹਾ ਪਹਿਲਾਂ ਦੁਬਾਰਾ ਸਾਰੇ ਦਰਸ਼ਕਾਂ ਨੂੰ ਯਾਦ ਕਰਾ ਦਿਆਂ ਕਿ ਬ੍ਰੈਂਪਟਨ ਇਮੀਗ੍ਰੇਸ਼ਨ ਜਿਹੜੀ ਕੰਸਲਟੈਂਸੀ ਹੈ ਉਹਦੇ ਕੋਲ ਕੈਨੇਡਾ ਦੇ 99% ਲਾਇਸੈਂਸਿਸ ਹੈਗੇ ਨੇ ਜਿਹੜੇ ਕਿ ਕੈਨੇਡਾ ਗੌਰਮੈਂਟ ਇਸ਼ੂ ਕਰਦੀ ਹੈ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਔਰ ਇਹਨਾਂ ਕੋਲ ਵੈਲ ਟ੍ਰੇਨਡ ਸਟਾਫ ਹੈ, ਵੈਲ ਟ੍ਰੇਨਡ ਸਾਰੇ ਜਿਹੜੇ ਕੰਸਲਟੈਂਟਸ ਨੇ, ਲਾਇਰਸ ਨੇ, ਹਰ ਤਰ੍ਹਾਂ ਦੀ ਸਰਵਿਸ ਇਹ ਉੱਥੇ ਪ੍ਰੋਵਾਈਡ ਕਰਦੇ ਨੇ। ਸੰਦੀਪ ਜੀ ਬਹੁਤ ਬਹੁਤ ਸਵਾਗਤ ਹੈ। ਅੱਜ ਤੁਹਾਡੇ ਨਾਲ ਅਸੀਂ ਗੱਲ ਕਰਾਂਗੇ ਕਿ ਪਿਛਲੇ ਕੁਛ ਦਿਨਾਂ 'ਚ ਸਟੂਡੈਂਟਸ ਵੀਜ਼ਾ ਜਿਹੜਾ ਹੈਗਾ ਉਹ 'ਚ ਬਹੁਤ ਰਿਫਿਊਜ਼ਲ ਆ ਰਹੀ ਹੈ ਅਤੇ ਸਟੂਡੈਂਟਸ ਨੂੰ ਬਹੁਤ ਮਾਨਸਿਕ ਤੌਰ 'ਤੇ ਧੱਕਾ ਪਹੁੰਚਿਆ ਕਿਉਂਕਿ ਉਹਨਾਂ ਦੇ ਸੁਪਨੇ ਸਾਕਾਰ ਨਹੀਂ ਹੋ ਸਕੇ ਔਰ ਉਹਨਾਂ ਨੂੰ ਝਟਕਾ ਲੱਗਿਆ। ਉਹ ਹੁਣ ਸਟੂਡੈਂਟਸ ਕੀ ਕਰਨ ਜਿਹਨਾਂ ਨੂੰ ਰਿਫਿਊਜ਼ਲਸ ਆ ਗਈਆਂ ਨੇ? ਸਰ ਅਮਰੀਕ ਜੀ ਬਹੁਤ ਵਧੀਆ ਸਵਾਲ ਹੈ ਤੁਹਾਡਾ। ਇੱਕ ਗੱਲ ਤਾਂ ਮੈਂ ਸਾਰੇ ਸਰੋਤਿਆਂ ਨੂੰ ਇੱਥੇ ਕਲੀਅਰ ਕਰਾਂ ਕਿ ਜ਼ਿੰਦਗੀ ਦੇ ਵਿੱਚ ਅਪਸ ਐਂਡ ਡਾਊਨਸ ਆਉਂਦੇ ਨੇ ਔਰ ਇਹਨੂੰ ਬਹੁਤ ਜ਼ਿਆਦਾ ਦਿਲ 'ਤੇ ਲਾਉਣ ਵਾਲੀ ਗੱਲ ਨਹੀਂ ਹੁੰਦੀ। ਸਮਟਾਈਮਸ ਯੂ ਗੈਟ ਅ ਸਕਸੈਸ ਇਨ ਅ ਗੇਮ ਐਂਡ ਸਮਟਾਈਮਸ ਹਾਰ ਵੀ ਖੇਲ ਦੇ ਵਿੱਚ ਅੱਗੇ ਵਧਣ ਲਈ ਕੰਮ ਆਉਂਦੀ ਹੈਗੀ ਹੈ। ਅਨਫੋਰਚੁਨੇਟਲੀ ਅਗਰ ਤੁਹਾਨੂੰ ਰਿਫਿਊਜ਼ਲ ਮਿਲ ਚੁੱਕੀ ਆ ਤਾਂ ਦਿਲ ਛੋਟਾ ਕਰਨ ਦੀ ਲੋੜ ਨਹੀਂ ਹੈਗੀ। ਬੀ ਸਟਰੋਂਗ, ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਗੱਲਬਾਤ ਕਰਿਆ ਕਰੋ, ਸਾਨੂੰ ਕੰਟੈਕਟ ਕਰੋ ਐਂਡ ਅਸੀਂ ਜਿੰਨੀ ਤੁਹਾਡੀ ਮਦਦ ਹੋ ਸਕੂਗੀ ਓਨੀ ਕਰਾਂਗੇ। ਇੱਥੇ ਮੈਂ ਇੰਨੀ ਗੱਲ ਜ਼ਰੂਰ ਕਲੀਅਰ ਕਰਾਂ ਕਿ ਜਿਹਨਾਂ ਲੋਕਾਂ ਦੇ ਰਿਫਿਊਜ਼ਲਸ ਆਏ ਹੋਏ ਆ, ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਸਾਡਾ 92% ਸਕਸੈਸ ਰੇਟ ਹੈਗਾ ਆ ਨੈਗੇਟਿਵ ਡਿਸੀਜ਼ਨਸ ਨੂੰ ਪੋਜ਼ਿਟਿਵ ਡਿਸੀਜ਼ਨਸ 'ਚ ਕਨਵਰਟ ਕਰਨ ਲਈ। ਇੰਨਾ ਹੀ ਨਹੀਂ, ਸਤੰਬਰ ਸੈਸ਼ਨ 'ਚ ਇਸ 'ਚ ਕੋਈ ਸ਼ੱਕ ਨਹੀਂ ਕਿ ਵੱਡੀ ਤਾਦਾਦ ਦੇ ਵਿੱਚ ਰਿਫਿਊਜ਼ਲਸ ਆ ਰਹੀਆਂ ਨੇ। ਬਟ ਮੈਂ ਤੁਹਾਨੂੰ ਇੰਨਾ ਵੀ ਮਾਣ ਨਾਲ ਕਹਿ ਰਿਹਾ ਹਾਂ ਕਿ ਸਾਡਾ ਅਜੇ ਤੱਕ ਪੂਰੇ ਸਪਤੰਬਰ ਸੈਸ਼ਨ ਲਈ ਸਿਰਫ ਇੱਕ ਰਿਫਿਊਜ਼ਲ ਆ, ਬਾਕੀ ਸਾਰੀਆਂ ਹੀ ਸਕਸੈਸ ਸਟੋਰੀਜ਼ ਨੇ ਔਰ ਇਹ ਬਾਬੇ ਦੀ ਮਿਹਰ ਆ। ਸੋ ਅਗਰ ਤੁਹਾਨੂੰ ਕੋਈ ਨੈਗੇਟਿਵ ਡਿਸੀਜ਼ਨ ਮਿਲਿਆ ਵੀ ਆ ਤਾਂ ਪਲੀਜ਼ ਡਿਸਹਾਰਟਨ ਨਾ ਹੋਵੋ, ਕੋਈ ਵੀ ਐਸਾ ਸਟੈਪ ਨਾ ਚੁੱਕੋ ਜਿਹੜੀ ਤੁਹਾਡੀ ਪ੍ਰੋਫਾਈਲ ਨੂੰ ਹੋਰ ਖਰਾਬ ਕਰੇ। ਸਾਨੂੰ ਕੰਟੈਕਟ ਕਰੋ, ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਹਾਂ, ਇੰਨਾ ਜ਼ਰੂਰ ਆ ਕਿ ਅਗਰ ਤੁਹਾਡੀ ਪ੍ਰੋਫਾਈਲ ਕਲੀਨ ਪ੍ਰੋਫਾਈਲ ਆ, ਤੁਹਾਡਾ ਆਈਲੈਟਸ ਦਾ ਸਕੋਰ ਵਧੀਆ ਆ, ਤੁਹਾਡੇ ਗੈਪ ਨਹੀਂ ਹੈਗਾ, ਤੁਹਾਡਾ ਰਿਫਿਊਜ਼ਲ ਨਹੀਂ ਹੈਗਾ, ਅਗਰ ਤੁਸੀਂ ਇਹ 3 ਚੀਜ਼ਾਂ 'ਚ ਕੁਆਲੀਫਾਈ ਕਰਦੇ ਪਏ ਹੋ ਤਾਂ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਤੁਹਾਡੇ ਤੋਂ ਇੱਕ ਵੀ ਡਾਲਰ ਚਾਰਜ ਨਹੀਂ ਕਰਦੀ, ਫਰੀ ਆਫ ਕੋਸਟ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ। ਪਰ ਅਗਰ ਤੁਹਾਨੂੰ ਰਿਫਿਊਜ਼ਲ ਆ, ਗੈਪ ਆ ਜਾਂ ਆਈਲੈਟਸ ਦਾ ਸਕੋਰ ਘੱਟ ਆ ਤਾਂ ਯੂ ਪੇ ਫੋਰ ਦਾ ਸਰਵਿਸ, 100% ਤੁਸੀਂ ਪੇ ਕਰਦੇ ਪਏ ਹੋ, ਪਰ ਉਹ ਪੇ ਕਰਨ ਦਾ ਵੀ ਕਾਰਨ ਹੈ ਕਿ ਤੁਹਾਡੀ ਫਾਈਲ ਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਸਾਨੂੰ ਕਰਨੀ ਪੈਂਦੀ ਆ। ਔਰ ਇਹੀ ਇੱਕ ਕਾਰਨ ਆ ਕਿ ਇੰਨੇ ਤੁਸੀਂ ਪਿੱਛੇ ਜੇ ਰਮਨੀਕ ਜੀ ਤੁਹਾਨੂੰ ਯਾਦ ਹੀ ਹੋਊਗਾ ਕਿ ਇੱਕ ਕਲਾਇੰਟ ਸੀਗੇ ਸਾਡੇ, ਆਈ ਥਿੰਕ ਨਵਰੂਪ ਕੌਰ, ਅਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਸ 'ਚ ਵੀ ਲੈ ਕੇ ਆਏ ਸੀਗੇ, ਉਹਦਾ 12 ਸਾਲ ਦਾ ਗੈਪ, 12 ਸਾਲ ਦੇ ਗੈਪ ਤੋਂ ਬਾਅਦ 'ਚੋਂ ਵੀ ਆਪਾਂ ਉਹਨੂੰ ਸਟੱਡੀ ਪਰਮਿਟ ਦਵਾ ਸਕੇ ਸੀ। ਇੱਕ ਸਾਡੇ ਕਲਾਇੰਟ ਨੇ, ਉਹਨਾਂ ਦੀ ਵੀਡੀਓ ਸ਼ਾਇਦ ਸੋਸ਼ਲ ਮੀਡੀਆ ਪਲੇਟਫਾਰਮਸ 'ਚ ਪਈਆਂ, ਹਰਦੀਪ ਕੌਰ ਸੇਖੋਂ, ਉਹਨਾਂ ਦੀਆਂ 4 ਤੋਂ 5 ਰਿਫਿਊਜ਼ਲਸ ਆਈਆਂ ਹੋਈਆਂ ਸੀ, ਉਸ ਤੋਂ ਬਾਅਦ 'ਚ ਉਹਨਾਂ ਨੇ ਸਾਨੂੰ ਕੰਟੈਕਟ ਕੀਤਾ ਅਤੇ ਅੱਜ ਉਹ ਕੈਨੇਡਾ ਦੇ ਵਿੱਚ ਪਹੁੰਚ ਚੁੱਕਿਆ ਸੀ, ਮੇ ਸੈਸ਼ਨ ਦੇ ਵਿੱਚ ਹੀ ਉਹ ਕੈਨੇਡਾ ਆਏ ਨੇ। ਸੋ ਦੇਰ ਇਜ਼ ਲਾਈਕ, ਅਗਰ ਰਿਫਿਊਜ਼ਲ ਆ ਗਈ ਇਟ ਡਜ਼ਨਟ ਮੀਨ ਕਿ ਇਟਸ ਐਂਡ ਆਫ ਦਾ ਵਰਲਡ ਜੀ, ਅਜੇ ਤਾਂ ਗੱਲਬਾਤ ਸ਼ੁਰੂ ਹੋਈ ਆ, ਲੜਾਈ ਸ਼ੁਰੂ ਹੋਈ ਆ। ਔਰ ਅਗਰ ਤੁਹਾਡੇ, ਹਾਂ, ਅਗਰ ਤੁਸੀਂ ਮਿਸਰੀਪ੍ਰਜੈਂਟ ਨਹੀਂ ਕੀਤਾ ਹੋਇਆ, ਅਗਰ ਤੁਹਾਡੀ ਸਾਰੀ ਇਨਫੋਰਮੇਸ਼ਨ ਸਹੀ ਹੈਗੀ ਆ, ਪਲੀਜ਼ ਫੀਲ ਫਰੀ ਟੂ ਕੰਟੈਕਟ ਅਸ ਐਂਡ ਵੀ ਵਿਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਜੀ। ਸੋ ਰਮਨੀਕ ਜੀ, ਜਿਵੇਂ ਤੁਹਾਨੂੰ ਪਤਾ, ਇੱਕ ਵੱਡਾ ਕਾਰਨ ਹੋਰ ਵੀ ਆ, ਜਦੋਂ ਬੰਦੇ ਦੀ ਰਿਫਿਊਜ਼ਲ ਆਉਂਦੀ ਆ ਤੇ ਕਾਫੀ ਲੋਕ ਗੋਸਟ ਕੰਸਲਟੈਂਟਸ ਕੋਲੇ ਚਲੇ ਜਾਂਦੇ ਆ, ਜਾਂ ਉਹਨਾਂ ਉਹ ਵੀ ਗੋਸਟ ਕੰਸਲਟੈਂਸੀ ਨੇ ਜਿਹਨਾਂ ਨੂੰ ਪੰਜਾਬ ਦੇ ਵਿੱਚ ਲਾਇਸੈਂਸਿਸ ਦਿੱਤੇ ਆ, 2000 ਗੋਸਟ ਕੰਸਲਟੈਂਟਸ ਅੰਟਿਲ ਅਨਲੈਸ ਉਹਨਾਂ ਕੋਲੇ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ, ਕੈਨੇਡਾ ਸਰਕਾਰ ਵੱਲੋਂ ਲਾਇਸੈਂਸ ਨਾ ਦਿੱਤਾ ਗਿਆ ਹੋਵੇ। ਜਿਵੇਂ ਮੈਂ ਆਪ RCIC ਹਾਂ, ਸੋ ਮੈਨੂੰ ਕੈਨੇਡਾ ਦੀ ਸਰਕਾਰ ਨੇ ਲਾਇਸੈਂਸ ਦਿੱਤਾ ਆ। ਆਲਦੋ ਬ੍ਰੈਂਪਟਨ ਇਮੀਗ੍ਰੇਸ਼ਨ ਕੋਲੇ ਪੰਜਾਬ 'ਚ ਕੰਮ ਕਰਨ ਵਾਸਤੇ ਵੀ ਲਾਇਸੈਂਸ ਹੈ, ਪਰ ਕੈਨੇਡਾ ਦੀ ਸਰਕਾਰ ਉਸ ਲਾਇਸੈਂਸ ਨੂੰ 5 ਪੈਸੇ ਦੀ ਵੀ ਮਾਨਤਾ ਨਹੀਂ ਦਿੰਦੀ ਹੈਗੀ। ਇਹ ਇੱਕ ਵੱਡਾ ਕਾਰਨ ਹੈ ਕਿ ਜਦੋਂ ਕਿਸੇ ਜਵਾਕ ਦਾ ਕੇਸ ਰਿਫਿਊਜ਼ ਹੋ ਜਾਂਦਾ ਹੈ, ਉਹ ਸਾਡੇ ਕੋਲੇ ਆਉਂਦਾ ਹੈ ਤੇ ਉਦੋਂ ਕਹਿੰਦਾ ਜੀ ਭਾਅ ਜੀ ਮੈਨੂੰ ਤਾਂ ਪਤਾ ਨਹੀਂ, ਮੇਰੇ ਨਾਲ ਕੰਸਲਟੈਂਟ ਨੇ ਇਹ ਫਾਈਲ ਲਾਤੀ। ਉਹਨਾਂ ਵਿਚਾਰਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਜਿਹੜੇ ਬੰਦੇ ਕੋਲੇ ਗਏ ਆ ਉਹ ਕੋਈ ਕੰਸਲਟੈਂਟ ਕੰਸਲਟੈਂਟ ਨਹੀਂ ਹੈ, ਵੈਸੇ ਹੀ ਦੁਕਾਨ ਖੁੱਲੀ ਹੋਈ ਆ ਉਹਨੇ ਤੇ ਉਹ ਜਦੋਂ ਉਸ ਕੰਸਲਟੈਂਟ ਤੋਂ ਸਾਡੇ ਕੋਲੇ ਆਉਂਦਾ, ਅਸੀਂ ਉਹਨੂੰ ਦਿਖਾਈਦਾ ਕਿ ਮਿੱਤਰਾ ਤੇਰੀ ਤਾਂ ਜਿਹੜੀ ਐਪਲੀਕੇਸ਼ਨ ਆ ਉਹ ਤਾਂ ਇਸ ਹਿਸਾਬ ਨਾਲ ਲੱਗੀ ਹੈ ਕਿ ਤੂੰ ਆਪ ਹੀ ਇਹ ਫਾਈਲ ਲਗਾਈ ਆ, ਉਸ ਤਾਂ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਤੂੰ ਕੰਸਲਟੈਂਟ ਯੂਜ਼ ਵੀ ਕੀਤਾ ਸੀ, ਕਿਉਂਕਿ ਇਹ ਲਿਖ ਨਹੀਂ ਸਕਦੇ, ਉਹ ਲਿਖ ਇਸ ਲਈ ਨਹੀਂ ਸਕਦੇ ਕਿਉਂਕਿ ਕੰਸਲਟੈਂਟਸ ਦਾ ਆਪਣਾ ਅਲੱਗ ਪੋਰਟਲ ਹੁੰਦਾ ਆ
ਜਿਹੜੇ ਉਹ ਗੋਸਟ ਕੰਸਲਟੈਂਟਸ ਨੇ ਉਹਨਾਂ ਕੋਲੇ ਆਪਣਾ ਕੋਈ ਅਲੱਗ ਪੋਰਟਲ ਨਹੀਂ ਹੁੰਦਾ, ਉਹ ਇੱਕ ਵਿਦਿਆਰਥੀ ਨੂੰ ਇਸ ਤਰੀਕੇ ਨਾਲ ਜੋ ਫਾਈਲ ਸਬਮਿਸ਼ਨ ਕਰਦੇ ਤੇ ਇਹ ਰਿਪ੍ਰੈਜ਼ੈਂਟ ਕਰਦੇ ਕਿ ਮੈਂ ਹੀ ਵਿਦਿਆਰਥੀ ਹਾਂ, ਸੋ ਦੇ ਆਰ ਮਿਸਲੀਡਿੰਗ ਪੀਪਲ। ਹੋਰ ਇਹ ਇੱਕ ਵੱਡਾ ਕਾਰਨ ਆ ਰਿਫਿਊਜ਼ਲਸ ਦਾ। ਤੁਹਾਨੂੰ ਇਹ ਯਾਦ ਹੋਊਗਾ ਕਿ ਜਿਹੜੀ ਪਿਛਲੇ ਹਫ਼ਤੇ ਵੀ ਸਾਡੇ ਇੰਟਰਵਿਊ ਸੀ, ਉਸ 'ਚ ਮੈਂ ਸਰਕਾਰੀ ਵੈਬਸਾਈਟ ਤੋਂ ਤੁਹਾਨੂੰ ਇੱਕ ਡਾਕੂਮੈਂਟ ਸ਼ੋਅ ਕੀਤਾ ਸੀ ਜਿਸ 'ਚ ਉਹਨਾਂ ਨੇ ਲਿਖਿਆ ਅਗਰ ਤੁਸੀਂ ਅਨਆਥੋਰਾਈਜ਼ਡ ਰਿਪ੍ਰੈਜ਼ੈਂਟੇਟਿਵ ਯੂਜ਼ ਕਰਦੇ ਪਏ ਹੋ ਜੀ ਤਾਂ ਤੁਹਾਡੀ ਫਾਈਲ ਰਿਫਿਊਜ਼ ਕੀਤੀ ਜਾ ਸਕਦੀ ਆ ਜੀ ਜਾਂ ਵਾਪਸ ਕੀਤੀ ਜਾ ਸਕਦੀ ਆ। ਸੋ ਦਾ ਪੁਆਇੰਟ ਇਜ਼ ਕਿ ਆਪਾਂ ਜ਼ਿੰਦਗੀ ਦਾ ਐਡਾ ਵੱਡਾ ਫੈਸਲਾ ਲੈਣਾ ਬਿਲਕੁਲ, ਉਹ ਵੀ ਆਪਣੀ ਕਮਾਂਡ ਜਿਹੜੀ ਆ, ਆਪਣੀ ਜਿਹੜੀ ਜ਼ਿੰਦਗੀ ਦੀ ਵਾਗਡੋਰ ਜਿਹੜੀ ਆ, ਉਹ ਉਸ ਇਨਸਾਨ ਦੇ ਹੱਥ 'ਚ ਫੜਾ ਰਹੇ ਹਾਂ ਜਿਸ ਇਨਸਾਨ ਨੂੰ ਕੈਨੇਡਾ ਦੀ ਸਰਕਾਰ ਕੋਈ ਮਾਨਤਾ ਨਹੀਂ ਦਿੰਦੀ। ਸੋ ਸਟੱਡੀ ਪਰਮਿਟਸ ਰਿਫਿਊਜ਼ਲਸ ਆਨ ਏ, ਡੋਂਟ ਵਰੀ, ਸਾਡਾ ਸਾਡਾ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਭਰਿਆ ਪਿਆ ਆ ਸਕਸੈਸ ਸਟੋਰੀਜ਼ ਦੇ ਨਾਲ, ਹੋਰ ਸਾਡੀ ਜਿਹੜੀ ਸਕਸੈਸ ਰੇਟ ਆ ਉਹ ਬਹੁਤ ਹਾਈ ਆ। ਜਿਹੜਾ ਪਹਿਲਾ ਹੀ ਪੈਂਤੜਾ ਆ, ਜਿਹੜਾ ਪਹਿਲਾ ਹੀ ਸਟੈਪ ਆ, ਜਿਹੜਾ ਤੁਸੀਂ ਫਸਟ ਬੇਬੀ ਸਟੈਪ ਜਿਹਨੂੰ ਕਹਿੰਦੇ ਹੋ, ਜਦੋਂ ਉਹੀ ਚੱਕਣਾ ਹੈ ਨਾ ਤਾਂ ਤੁਹਾਨੂੰ ਸਾਨੂੰ ਪੈਸੇ ਪੇ ਕਰਨੇ ਪੈਂਦੇ, ਤੁਸੀਂ ਫ੍ਰੀ ਆਫ ਕਾਸਟ ਸਾਡੇ ਥਰੂ ਫਾਈਲ ਲਗਵਾਉਂਦੇ, ਅਤੇ ਉਹਦੇ ਨਾਲ ਪੋਸੀਬਿਲਿਟੀ ਸੀ ਕਿਉਂਕਿ ਫਾਈਲ ਅਗਰ ਚੰਗੀ ਤਰ੍ਹਾਂ ਲੱਗੀ ਹੁੰਦੀ ਤਾਂ ਤੁਹਾਡੇ ਡਿਸੀਜ਼ਨ ਵੀ ਜਿਹੜੇ ਆ ਉਹ ਚੰਗੇ ਆਉਣੇ ਸੀ। ਇਸ 'ਚ ਕੋਈ ਸ਼ੱਕ ਨਹੀਂ ਕਿ ਅੱਜ ਦੀ ਡੇਟ ਦੇ ਉੱਤੇ ਕੈਨੇਡਾ ਦੀ ਸਰਕਾਰ ਬਹੁਤ ਜ਼ਿਆਦਾ ਰਿਫਿਊਜ਼ਲਸ ਦੇ ਰਹੀ ਆ, ਪਰ ਫਿਰ ਵੀ ਕਾਫ਼ੀ ਹੱਦ ਤੱਕ ਸਾਨੂੰ ਇਹ ਦੇਖਣ ਨੂੰ ਮਿਲਦਾ ਕਿ ਰਿਫਿਊਜ਼ਲਸ ਦੇ ਵਿੱਚ ਕਾਰਨ ਕੀ ਹੁੰਦਾ ਆ ਕਿ ਮੰਨ ਲਓ ਕੋਈ ਇਨਸਾਨ ਆ ਉਹਦੀ ਫਾਈਲ ਲਗਾਈ, ਉਹਨੂੰ ਹੀ ਕਾਪੀ ਪੇਸਟ ਕਰਕੇ ਦੂਜੇ ਬੰਦੇ ਦੀ ਫਾਈਲ ਲਾ ਦਿੱਤੀ, ਤੁਸੀਂ ਜੋ ਉਸਦੇ ਵਿੱਚ ਇੰਡੀਵਿਜੁਅਲ ਐਫਰਟਸ ਨਹੀਂ ਪਾਓਗੇ ਨਾ, ਉਹਨਾਂ ਫਾਈਲਸ ਦੇ ਰਿਜ਼ਲਟਸ ਨਹੀਂ ਆਉਣਗੇ। ਮੈਂ ਇਹ ਗੱਲ ਦੱਸਦਾ ਕਿ ਸਾਡੇ ਕਲਾਇੰਟ ਸਾਡੇ ਤੋਂ ਕਈ ਵਾਰੀ ਖਫਾ ਹੁੰਦੇ ਨੇ ਕਿ ਇੰਨਾ ਟਾਈਮ ਕਿਉਂ ਲਾ ਰਹੇ ਹੋ ਸਰ, ਫਟਾਫਟ ਸਬਮਿਟ ਕਰੋ, ਫਟਾਫਟ ਸਬਮਿਟ ਕਰੋ। ਅਸੀਂ ਕਾਪੀ ਪੇਸਟ ਨਹੀਂ ਮਾਰਦੇ ਹੈਗੇ, ਸਾਡੀਆਂ ਜਿਹੜੀਆਂ ਲੈਟਰਸ ਨੇ, ਸਬਮਿਸ਼ਨ ਲੈਟਰਸ ਨੇ, ਉਹ ਹਰੇਕ ਕਲਾਇੰਟ ਦੀ ਇੰਡੀਵਿਜੁਅਲੀ ਅਲੱਗ ਹੁੰਦੀ ਆ, ਉਸ ਇੱਕ ਇੱਕ ਲਾਈਨ ਨਵੀਂ ਭਰੀ ਹੁੰਦੀ ਆ ਜੀ। ਸੋ ਉਹਦੇ ਲਈ ਟਾਈਮ ਜ਼ਰੂਰ ਲੱਗਦਾ, ਬਟ ਸਾਡਾ ਤਾਂਹੀਓ ਉਹਨਾਂ ਕਾਰਨਾਂ ਕਰਕੇ ਸਾਡਾ ਸਕਸੈਸ ਜਿਹੜਾ ਆ ਉਹ ਇੰਨਾ ਜ਼ਿਆਦਾ ਆ ਜੀ। ਇਹ ਤੁਸੀਂ ਬਹੁਤ ਵੱਡੀ ਜਾਣਕਾਰੀ ਦਿੱਤੀ ਹੈ ਸੰਦੀਪ ਜੀ, ਕਿ ਜਿਹੜੇ ਬੱਚਿਆਂ ਦੀ ਰਿਫਿਊਜ਼ਲ ਆਈ ਹੈ ਉਹ ਜ਼ਿਆਦਾਤਰ ਉਹਨਾਂ ਦੇ ਕੰਸਲਟੈਂਟਸ ਨੇ ਜਾਂ ਉਹਨਾਂ ਬੱਚਿਆਂ ਦੀ ਆਈ ਹੈ ਜਿਨ੍ਹਾਂ ਨੇ ਠੱਗ ਕੰਸਲਟੈਂਟਸ ਦੇ ਥਰੂ ਆਪਣੀ ਫਾਈਲ ਲਾਈ ਜਾਂ ਗੋਸਟ ਕੰਸਲਟੈਂਟਸ ਜਾਂ ਫਰੋਡ ਕੰਸਲਟੈਂਟਸ ਦੇ ਥਰੂ ਫਾਈਲ ਲਾਈ ਔਰ ਉਹਨਾਂ ਬੱਚਿਆਂ ਨਾਲ ਧੋਖਾ ਹੋਇਆ ਔਰ ਉਹਨਾਂ ਦਾ ਮਾਨਸਿਕ ਪ੍ਰੈਸ਼ਰ ਵੀ ਉਹਨਾਂ 'ਤੇ ਆ ਗਿਆ, ਫਾਈਨੈਂਸ਼ੀਅਲ ਪ੍ਰੈਸ਼ਰ ਵੀ ਆ ਗਿਆ ਅਤੇ ਉਹਨਾਂ ਦਾ ਨੁਕਸਾਨ ਹੋਇਆ। ਪਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਘਬਰਾਉਣ ਦੀ ਗੱਲ ਨਹੀਂ, ਤੁਸੀਂ ਸਾਡੇ ਕੋਲ ਆਓ ਔਰ ਅਸੀਂ ਤੁਹਾਡੀ ਰਿਵਿਊ ਕਰਾਂਗੇ, ਦੁਬਾਰਾ ਉਸਨੂੰ ਪ੍ਰੋਸੈਸ ਕਰਾਂਗੇ ਔਰ ਦੁਬਾਰਾ ਫਾਈਲ ਪੁੱਟਅਪ ਕਰਾਂਗੇ ਔਰ 99% ਚਾਂਸ ਹੈ ਕਿ ਤੁਹਾਡੀ ਜਿਹੜੀ ਫਾਈਲ ਹੈ ਕਲੀਅਰ ਹੋ ਜਾਏਗੀ ਔਰ ਤੁਹਾਨੂੰ ਵੀਜ਼ਾ ਮਿਲੇਗਾ। ਬਹੁਤ ਬਹੁਤ ਧੰਨਵਾਦ ਸੰਦੀਪ ਜੀ ਸਾਡੇ ਨਾਲ ਜੁੜਨ ਦਾ ਔਰ ਅਗਲੇ ਹਫ਼ਤੇ ਫਿਰ ਆਪਾਂ ਨਵੇਂ ਮੁੱਦਿਆਂ ਨੂੰ ਲੈ ਕੇ ਆਵਾਂਗੇ ਔਰ ਕੀ ਕੈਨੇਡਾ ਸਰਕਾਰ ਦੀਆਂ ਅਪਡੇਟਸ ਆਉਂਦੀਆਂ ਨੇ ਇਮੀਗ੍ਰੇਸ਼ਨ ਲਾਜ਼ ਦੇ ਉੱਪਰ, ਉਹਦੇ ਉੱਪਰ ਦੁਬਾਰਾ ਚਰਚਾ ਕਰਾਂਗੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ। ਧੰਨਵਾਦ ਜੀ, ਥੈਂਕ ਯੂ ਸੋ ਮਚ। ਨੈਸ਼ਨਲ ਬਸ ਪਰ ਲੇਟੈਸਟ ਨਿਊਜ਼ ਔਰ ਐਂਟਰਟੇਨਮੈਂਟ ਵੀਡੀਓਜ਼ ਦੇਖਨੇ ਕੇ ਲੀਏ ਸਬਸਕ੍ਰਾਈਬ ਕਰੇਂ, ਲਾਈਕ ਕਰੇਂ, ਕਮੈਂਟ ਕਰੇਂ ਔਰ ਸ਼ੇਅਰ ਕਰੇਂ। ਥੈਂਕਸ ਫਾਰ ਵਾਚਿੰਗ।